ਜੈ ਹਿੰਦ ਦੋਸਤੋ, ਮੈਂ ਪ੍ਰੀਤਮ ਸਿੰਘ, ਪ੍ਰੀਤਮ ਫਿੱਟ ਆਰਮੀ ਦਾ ਫਾਊਂਡਰ ਇੰਸਟ੍ਰਕਟਰ। ਦੋਸਤੋ, ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡੇ ਸਾਰਿਆਂ ਦੇ ਲਈ ਖੁੱਲ੍ਹਾ ਸੱਦਾ ਹੈ। ਖੁੱਲ੍ਹਾ ਸੱਦਾ ਹੈ ਜੀ, ਆਪਣੇ ਪਿੰਡ ਆਲਮਗੀਰ ਕਬੱਡੀ ਜੋ ਲੀਗ ਹੈ ਉਹਦਾ ਟੂਰਨਾਮੈਂਟ ਹੈ ਜਿਹੜਾ ਰੱਖਿਆ ਗਿਆ। ਇਸ ਦੇ ਵਿੱਚ ਤੁਹਾਨੂੰ ਜਾਣਕਾਰੀ ਦਿੰਦੇ ਹੋ, ਦੱਸਦਾ ਤੁਹਾਨੂੰ ਮੈਂ, ਕਬੱਡੀ ਓਪਨ ਇੱਕ ਪਿੰਡ ਦੋ ਬਾਹਰੋਂ, ਠੀਕ ਹੈ ਜੀ। ਇਹਦੇ ਵਿੱਚ ਪਹਿਲਾ ਇਨਾਮ ਹੈ ਜੀ 5100, ਦੂਸਰਾ ਇਨਾਮ ਹੈ 3100। ਬੈਸਟ ਰੇਡਰ ਅਤੇ ਜਾਫੀ ਨੂੰ 1100 ਰੁਪਏ ਦੇ ਨਾਲ ਜਿਹੜਾ ਸਨਮਾਨ ਕੀਤਾ ਜਾਊਗਾ। ਐਂਟਰੀ ਫੀਸ ਹੈ ਜਿਹੜੀ ਇਹਦੀ 300 ਰੁਪਏ ਆ। ਅਤੇ ਉਸ ਤੋਂ ਬਾਅਦ ਕਬੱਡੀ 60 ਕਿੱਲੋ, 60 ਕਿੱਲੋ ਦੇ ਵਿੱਚ ਪਹਿਲਾ ਇਨਾਮ ਹੈ 2100 ਰੁਪਏ, ਦੂਸਰਾ ਇਨਾਮ ਹੈ ਜੀ 1100 ਰੁਪਏ। ਬੈਸਟ ਰੇਡਰ ਅਤੇ ਜਾਫੀ ਨੂੰ ਮੈਡਲ ਦਾ ਸਨਮਾਨ ਕੀਤਾ ਜਾਊਗਾ। ਅਤੇ ਐਂਟਰੀ ਫੀਸ ਇਹਨਾਂ ਦੀ ਹੈਗੀ ਆ 100 ਰੁਪਏ। ਅਤੇ ਬਾਕੀ ਤੁਸੀਂ ਦੇਖ ਰਹੇ ਹੋ, ਸਾਰਾ ਆਪਣਾ ਗਰਾਊਂਡ ਆ ਜਿਹੜਾ ਰੈਡੀ ਹੋ ਚੁੱਕਿਆ ਕਬੱਡੀ ਵਾਲਾ ਆਲਮੋਸਟ। ਅਤੇ ਉਸ ਤੋਂ ਬਾਅਦ ਇੱਕ ਹੋਰ ਈਵੈਂਟ ਆ ਜਿਹੜਾ ਇਹਦੇ ਵਿੱਚ ਐਡ ਕੀਤਾ ਗਿਆ, ਕੁੜੀਆਂ ਅਤੇ ਮੁੰਡਿਆਂ ਦੀ ਦੌੜ ਇਹਦੇ ਵਿੱਚ ਕੀਤੀ ਗਈ। ਮੁੰਡਿਆਂ ਦੀ ਜਿਹੜੀ 1600 ਮੀਟਰ ਦੌੜ ਕਰਵਾਈ ਜਾਏਗੀ, ਅਤੇ ਉਸ ਤੋਂ ਬਾਅਦ ਕੁੜੀਆਂ ਦੀ 800 ਮੀਟਰ ਦੌੜ ਕਰਵਾਈ ਜਾਵੇਗੀ। ਮੁੰਡਿਆਂ ਅਤੇ ਕੁੜੀਆਂ ਦਾ ਦੋਨਾਂ ਦਾ ਲੌਂਗ ਜੰਪ ਅਤੇ ਹਾਈ ਜੰਪ ਦਾ ਟੈਸਟ ਲਿਆ ਜਾਏਗਾ। ਜਿਵੇਂ ਕਿ ਤੁਹਾਨੂੰ ਪਤਾ ਹੈ, ਪੰਜਾਬ ਪੁਲਿਸ ਫਰੀ ਟ੍ਰੇਨਿੰਗ ਅਕੈਡਮੀ ਜਿਹੜੀ ਆਪਣੀ ਇਸ ਨੂੰ ਈਵੈਂਟ ਨੂੰ ਜਿਹੜਾ ਹੋਸਟ ਕਰ ਰਹੀ ਹੈ ਸਾਰਾ, ਅਤੇ ਉਹਦੀ ਦੇਖ ਰੇਖ ਦੇ ਵਿੱਚ ਹੀ ਸਾਰਾ ਕਰਵਾਇਆ ਜਾ ਰਿਹਾ। ਅਤੇ ਜੋ ਲੌਂਗ ਜੰਪ, ਹਾਈ ਜੰਪ, ਰਨਿੰਗ ਜੋ ਮੁੰਡੇ ਅਤੇ ਕੁੜੀਆਂ ਨੇ, ਉਹਨਾਂ ਦੀ ਕੋਈ ਫੀਸ ਹੈ ਜਿਹੜੀ ਨਹੀਂ ਲਈ ਜਾਵੇਗੀ। ਕੋਈ ਵੀ ਬੱਚਾ ਜਿਹੜਾ ਪੰਜਾਬ ਪੁਲਿਸ ਦੀ ਤਿਆਰੀ ਕਰ ਰਿਹਾ ਹੈ ਤਾਂ ਉਹ ਫਰੀ ਆਫ ਕੋਸਟ ਇੱਥੇ ਆ ਕੇ ਤੁਹਾਨੂੰ ਇੱਥੇ ਪ੍ਰੋਪਰ ਥੋੜ੍ਹਾ ਜੋ ਹੈ ਰਿਫਰੈਸ਼ਮੈਂਟ ਦਾ ਇੰਤਜ਼ਾਮ ਕੀਤਾ ਜਾਏਗਾ। ਚਾਹੇ ਕਬੱਡੀ ਵਾਲੇ ਬੱਚੇ ਹੋਣ, ਚਾਹੇ ਆਪਣੇ ਟੂਰਨਾਮੈਂਟ ਵਾਲੇ ਬੱਚੇ ਆ, ਕੋਈ ਵੀ ਆ, ਉਹਨਾਂ ਬੱਚਿਆਂ ਨੂੰ ਰਿਫਰੈਸ਼ਮੈਂਟ ਦਿੱਤਾ ਜਾਊਗਾ। ਉਹ ਬੱਚੇ ਆ ਕੇ ਆਪਣਾ ਇੱਥੇ ਜਿਹੜਾ ਜੋ ਪ੍ਰਦਰਸ਼ਨ ਹੈ ਜਿਹੜਾ ਕਰ ਸਕਦੇ ਨੇ। ਜੋ ਵੀ ਬੱਚਿਆਂ ਨੂੰ ਨਹੀਂ ਹੈਗੀ ਜਾਣਕਾਰੀ ਪੰਜਾਬ ਪੁਲਿਸ ਦੇ ਬਾਰੇ ਤਾਂ ਉਹ ਇੱਥੇ ਆ ਕੇ ਆਪਣਾ ਸਾਰੀ ਹੈ ਜਿਹੜੀ ਜਾਣਕਾਰੀ ਉਹ ਲੈ ਸਕਦੇ ਨੇ। ਅਤੇ ਨਾਲੇ ਤੁਹਾਨੂੰ ਪਤਾ ਲੱਗ ਜਾਏਗਾ, ਜਿਵੇਂ ਹੁਣ ਪੰਜਾਬ ਪੁਲਿਸ ਦਾ ਪੇਪਰ ਆਲਮੋਸਟ ਹੋ ਚੁੱਕਿਆ ਹੈ, ਤੁਹਾਨੂੰ ਪਤਾ ਲੱਗ ਜਾਏਗਾ ਤੁਸੀਂ ਫਿਜ਼ੀਕਲ ਟ੍ਰਾਇਲ ਲਈ ਕਿੰਨੇ ਕੁ ਰੈਡੀ ਹੋ ਕਿੰਨੇ ਕੁ ਨਹੀਂ। ਅਤੇ ਬਾਕੀ ਆਪਣੇ ਕਬੱਡੀ ਵਾਲੇ ਵੀਰਾਂ ਨੂੰ ਬੇਨਤੀ ਹੈ, ਅਤੇ ਜ਼ਰੂਰ ਟਾਈਮ ਸਿਰ ਪਹੁੰਚ ਜਾਓ ਜੀ। ਸਮਾਂ ਜੋ ਹੈ ਕੁੜੀਆਂ ਅਤੇ ਮੁੰਡਿਆਂ ਦੀਆਂ ਦੌੜਾਂ ਦਾ, ਜੋ ਤੁਹਾਨੂੰ ਦੱਸਿਆ ਈਵੈਂਟ ਦੱਸਿਆ ਪੰਜਾਬ ਪੁਲਿਸ ਟ੍ਰੇਨਿੰਗ ਨੂੰ ਲੈ ਕੇ, ਉਹ ਹੈਗਾ 11 ਵਜੇ ਤੋਂ ਲੈ ਕੇ 1 ਵਜੇ ਤੱਕ। ਉਸ ਤੋਂ ਬਾਅਦ ਜਿਹੜਾ 60 ਕਿੱਲੋ ਵਾਲਾ ਮੈਚ ਹੈ ਉਹ ਤੁਹਾਡਾ 1 ਵਜੇ ਤੋਂ ਲੈ ਕੇ 4 ਵਜੇ ਤੱਕ ਦੇ ਵਿੱਚ ਹੋਏਗਾ। ਉਸ ਤੋਂ ਬਾਅਦ ਜਿਹੜਾ ਸਮਾਂ ਹੈ 4 ਵਜੇ ਤੋਂ ਲੈ ਕੇ 7 ਵਜੇ ਦਾ ਵਿੱਚ ਉਹ ਤੁਹਾਡਾ ਓਪਨ ਦਾ ਹੋਏਗਾ ਸਾਰਾ। ਅਤੇ ਸਾਰੇ ਸੱਜਣ ਸਾਰਿਆਂ ਨੂੰ, ਵੀਰਾਂ ਨੂੰ ਬੇਨਤੀ ਆ, ਸਾਰੇ ਹੁੰਮ ਹੁੰਮਾ ਕੇ ਪਹੁੰਚੋ ਜੀ, ਠੀਕ ਹੈ। ਆਪਣੇ ਕਬੱਡੀ ਦੇ ਥੰਮ ਚੰਨਾ ਆਲਮਗੀਰ ਜੀ ਇਸ ਕਬੱਡੀ ਨੂੰ ਆ ਜਿਹੜਾ ਸੰਪਰਕ ਕਰ ਰਹੇ ਨੇ, ਅਤੇ ਬਹੁਤ ਹੀ ਵੱਡਾ ਉਪਰਾਲਾ ਉਹਨਾਂ ਦਾ, ਉਹਨਾਂ ਦੀ ਸਦਕਾ ਸਾਰਾ ਆਪਾਂ ਪੰਜਾਬ ਪੁਲਿਸ ਟ੍ਰੇਨਿੰਗ ਫਰੀ ਟ੍ਰੇਨਿੰਗ ਅਕੈਡਮੀ ਹੈ ਜਿਹੜਾ ਕੈਂਪ ਉਹਨਾਂ ਦੀ ਦੇਖ ਰੇਖ ਦੇ ਵਿੱਚ ਸਾਰਾ ਕੁਝ ਚੱਲ ਰਿਹਾ ਹੈ। ਅਤੇ ਜ਼ਰੂਰ ਕਬੱਡੀ ਵਾਲੇ ਵੀਰ ਨੇ ਜਿਹੜੇ, ਅਤੇ ਜੋ ਵੀ ਬੱਚੇ ਪੰਜਾਬ ਪੁਲਿਸ ਭਰਤੀ ਹੋਣਾ ਚਾਹੁੰਦੇ ਨੇ, ਸੇਮ ਉਹ ਆ ਕੇ ਵਿਜ਼ਿਟ ਕਰੋ ਇੱਕ ਵਾਰ, ਅਤੇ ਜ਼ਰੂਰ ਆਪਣਾ ਜਿਹੜਾ ਜ਼ੋਰ ਆ ਜਿਹੜਾ ਪ੍ਰਦਰਸ਼ਨ ਕਰੋ। ਮਿਲਦੇ ਹਾਂ ਜੀ 2 ਤਰੀਕ ਨੂੰ, 2 ਅਗਸਤ ਯਾਦ ਰੱਖਿਓ 2024, ਅਤੇ ਦਿਨ ਹੈਗਾ ਜੀ ਸ਼ੁੱਕਰਵਾਰ।